वाहेगुरु जी का खालसा, श्री वाहेगुरु जी की फतेह। हाँ जी, मैं हरप्रीत कौर, साढ़े चैनल थोड़ा बहुत बहुत स्वागत है जी। असं सारे ठीक ठाक हाँ जी, वाहेगुरु जी की कृपा नाल तुसीं भी ठीक होवोंगे जी। अज हैगा दिन जी शनिवार। अज ना अपने रूड़ी का रेह पाउंदे ने, रेह पाउंगे तो खाद पाउंगे, इस तरह रूड़ी का रेह कर रहे हैं, रूड़ी का रेह पाउंदे ने अपने। तो अपां सवेर की रोटी खवा दी है, पां बनाई सी कद्दू की सब्जी, तो हुण ना 10 बज गए ने, 10 वाली चाह बनाउणे आंगे अपां। 10 वाली चाह बनाउणे आ, इधर पहला ना घ्यो बना के हटी गई मैं, घ्यो बनाया हुण बीबी पुण दूगी। घ्यो पाउण नूं कोई भांडा नहीं हैगा, जिहड़ियां पीपियां पुपियां हैगियां ने, असीं मुल दा घ्यो कदे लैता नहीं हैगा। ਜਿੰਨੇ ਹੁਣ ਮੁੱਲ ਦਾ ਘਿਓ ਲਿਆਉਂਦੇ ਰਹਿੰਦੇ ਤਾਂ ਪੀਪੀਆਂ ਪੁੱਪੀਆਂ ਵਾਧੂ ਹੁੰਦੀਆਂ ਨੇ, ਘਿਓ ਪਾਇਆ ਜਾਂਦਾ, ਘਿਓ ਪਾਉਣ ਨੂੰ ਕੋਈ ਭਾਂਡਾ ਨਹੀਂ ਹੈਗਾ ਹੈਗਾ। ਅਤੇ ਹੁਣ ਨਾ ਕਿ ਬੀਬੀ ਨੂੰ ਕਿਹਾ, ਮੈਂ ਕਿ ਬੀਬੀ ਕਹਿੰਦੀ ਕਿ ਇੰਨੀ 'ਚ ਹੀ ਪਾ ਲੈਣੇ। ਅੱਜ ਕੱਲ੍ਹ ਫਿਰ ਫਰਿੱਜ ਤੋਂ ਬਿਨਾਂ ਘਿਓ ਜਿਹੜਾ ਹੈਗਾ ਉਹ ਰਹਿੰਦਾ ਨਹੀਂ ਹੈਗਾ ਫਰਿੱਜ ਤੋਂ ਬਿਨਾਂ। ਅਤੇ ਉੱਧਰੋਂ ਮਾਸੀ ਜੀ ਕੇ ਫਰਿੱਜ 'ਚ ਕਰਕੇ ਆਇਆ, ਪਹਿਲਾਂ ਬੀਬੀ 3-4 ਕਿਲੋ ਮਾਸੀ ਕੇ ਫਰਿੱਜ 'ਚ ਧਰਿਆ ਘਿਓ, ਅਤੇ ਅੱਜ ਫਿਰ ਹੁਣ ਇਹ 'ਚ ਪਾ ਦੇਵਾਂਗੇ। ਜਦੋਂ ਇਹ ਘਿਓ ਵਾਧੂ ਹੁੰਦਾ ਹੈਗਾ, ਇੰਨਾ ਘਿਓ ਤਾਂ ਫਿਰ ਸਾਡੇ ਲੱਗਦਾ ਵੀ ਨਹੀਂ ਹੈਗਾ, ਜਦੋਂ ਇਹ ਘਿਓ ਵਾਧੂ ਹੁੰਦਾ ਨਾ, ਸਾਡੇ ਰਿਸ਼ਤੇਦਾਰੀ ਕਹਿ ਰਹਿੰਦੇ ਨੇਗੇ, ਕਹਿੰਦੇ ਨੇ ਸਾਨੂੰ ਜੇ ਤੁਹਾਡੇ ਕੋਲ ਘਿਓ ਵਾਧੂ ਆ ਸਾਨੂੰ ਦੇ ਦਿਓ। ਅਤੇ ਕਿਉਂਕਿ ਪਿਓਰ ਘਿਓ ਮਿਲਦਾ ਨਹੀਂ ਹੁੰਦਾ ਜੀ, ਡੈਰੀਆਂ ਸਾਰਾ ਕੀ ਮਿਲਾਵਟਾਂ ਹੁੰਦੀਆਂ, 100 ਮਿਲਾਵਟ ਹੁੰਦੀ ਹੈਗੀ। ਅਤੇ ਗੁਰਮੀਤ ਘਿਓ ਬਣਾਉਣ ਦੀ ਘੋਲ ਕਰਦੀ ਹੈਗੀ, ਅਤੇ ਕਹਿੰਦੀ ਹੈ ਜੇ ਤੇਰੇ ਕੋਲ ਵਾਧੂ ਘਿਓ ਹੁੰਦਾ ਮੈਨੂੰ ਦੇ ਦਿਆ ਕਰ, ਕਿਉਂਕਿ ਉਹਨੂੰ ਡਿਊਟੀ ਦਾ ਕਰਕੇ ਟਾਈਮ ਨਹੀਂ ਲੱਗਦਾ ਤੱਤਾ ਠੰਡਾ ਕਰਨ ਦਾ, ਘਿਓ ਵੀ ਤੇ ਵੀ ਬਹੁਤ ਖੇਚਲ ਆਉਂਦੀ ਹੈ ਤੱਤਾ ਠੰਡਾ ਕਰਨ 'ਤੇ। ਅਤੇ ਜਿਹੜੇ ਜਿਹੜਾ ਘਿਓ ਵਾਧੂ ਹੁੰਦਾ ਸਾਡੇ ਭੈਣ ਭਾਈ ਰਿਸ਼ਤੇਦਾਰੀ ਲੈ ਜਾਂਦੇ ਨੇ, ਪਹਿਲਾਂ ਸੁਨਾਮ ਵਾਲੀ ਮਾਮੀ ਜੀ ਨੇ ਜਿਹੜੇ ਉਹ ਲੈ ਗਏ ਸੀਗੇ, ਜਿਹਨੂੰ ਜ਼ਰੂਰਤ ਹੁੰਦੀ ਹੈ ਫਿਰ ਕਹਿ ਦਿੰਦੇ ਨੇ ਚੱਲ ਤੁਹਾਡੇ ਵਾਧੂ ਆ, ਜੇ ਵਾਧੂ ਸਾਨੂੰ ਦੇ ਦਿਓ ਤੁਸੀਂ ਘਿਓ, ਅਤੇ ਅਸੀਂ ਹੋਰ ਵੀ ਕਿਸੇ ਤੋਂ ਮੁੱਲ ਲਵਾਂਗੇ, ਚਲੋ ਵੀ ਪੈਸੇ ਤੁਹਾਨੂੰ ਦੇ ਦੇਵਾਂਗੇ। ਇੱਧਰ ਬੀਬੀ ਪਾ ਕੇ ਪੁਣਦੀ ਹੈਗੀ ਕੁਛ, ਉੱਧਰਲੇ ਘਰ ਵਾਲਿਆਂ ਦੇ ਫਰਿੱਜ 'ਚ ਪਿਆ ਹੈਗਾ, ਮਾਸੀ ਕੇ ਫਰਿੱਜ 'ਚ ਉਹ ਚੱਕ ਲਿਆਵਾਂਗੇ, ਕੁਛ ਆਪਣੇ ਫਰਿੱਜ 'ਚ ਪਿਆ ਅਤੇ ਕੁਛ ਆਹ ਹੋ ਜੂਗਾ। ਗਰਮੀ 'ਚ ਘਿਓ ਨਹੀਂ ਖਾਧਾ ਜਾਂਦਾ, ਅਤੇ ਸਿਆਲ 'ਚ ਤਾਂ ਅਜੇ ਖਾਧਾ ਜਾਂਦਾ, ਸਾਗ ਸੂਗ 'ਚ ਪਾ ਕੇ, ਗੋਭੀ ਸਬਜ਼ੀ 'ਚ ਪਾ ਕੇ, ਗਰਮੀਆਂ 'ਚ ਤਾਂ ਉਵੇਂ ਹਲਕਾ ਫੁਲਕਾ ਹੀ ਹਾਜ਼ਮੇ ਆਉਂਦਾ, ਘਿਓ ਵਾਲਾ ਤਾਂ ਕਿੱਥੇ ਹਾਜ਼ਮੇ ਆਜੂਗਾ ਜੀ। ਇੱਧਰ ਬਣਾਈਏ ਚਾਹ, ਆਪਣੇ ਰੇਹ ਪਾਉਂਦੇ ਨੇਗੇ, ਅਤੇ ਰੋਟੀ ਖਾ ਲਈ, 10 ਵਾਲੀ ਚਾਹ ਹੈਗੀ। ਹੁਣ ਖੇਤ ਨਾ ਟਰਾਲੀ ਲਾਉਣ ਗਏ ਹੋ ਨੇ ਰੇਹ ਦੀ, ਕਹਿੰਦੇ ਆ ਕੇ ਚਾਹ ਪੀਵਾਂਗੇ, ਅਤੇ ਆ ਕੇ ਚਾਹ ਪੀ ਕੇ ਫਿਰ ਭਰਨ ਲੱਗ ਜਾਣਗੇ ਦੂਜੀ ਟਰਾਲੀ। ਅਤੇ 8 ਦਿਨਾਂ ਦੀ ਮਲਿਆਈ ਸੀ, 9 ਦਿਨਾਂ ਦੀ ਮਲਿਆਈ ਸੀਗੀ, 9 ਦਿਨਾਂ ਦੀ ਮਲਿਆਈ 'ਚੋਂ ਹੋ ਗਿਆ 2.5 ਕਿਲੋ ਤਾਂ ਹੋ ਗਿਆ, ਰੂੜ ਕਿਲੋ ਤੋਂ ਵੱਧ ਹੈ, ਘੱਟ ਤਾਂ ਹੈ ਨਹੀਂ ਗਾ। ਹੁਣ ਚਾਹ ਬਣਾਉਣੇ, ਚਾਹ ਨਾਲ ਉਹਨਾਂ ਨੂੰ ਦੇ ਦੇਵਾਂਗੇ ਖਾਣ ਪੀਣ ਨੂੰ, ਬਰਫੀ ਪਈ ਹੈਗੀ, ਬੱਚੇ ਮਿੱਠਾ ਨਹੀਂ ਖਾਂਦੇ ਹੈਗੇ, ਚਾਹ ਨਾਲ ਬਰਫੀ ਦੇ ਦਾਂਗੇ ਉਹਨਾਂ ਨੂੰ, ਜਿਹੜੀ ਉਹਦੀ ਵੀਡੀਓ 'ਚ ਬਣਾਈ ਸੀ ਅੰਬ ਦੀ ਬਰਫੀ, ਚਾਹ ਨਾਲ ਦੇ ਦੇਵਾਂਗੇ। ਚਾਹ ਨੂੰ ਹਜੇ ਟਾਈਮ ਲੱਗੂ, ਨਾਲੇ ਟਰਾਲੀ ਲੈ ਕੇ ਆ ਜਾਣਗੇ, ਤੁਹਾਨੂੰ ਦਿਖਾਵਾਂਗੇ। ਲਓ ਜੀ, ਰਾਮਣ ਚਾਹ ਲੈ ਗਿਆ, ਕਹਿੰਦਾ ਮਾਮੀ ਚਾਹ ਮੈਂ ਲੈ ਜਾਣਾ। ਇਹ ਰਾਮਣ ਹੈਗਾ ਜੀ ਸਾਡੀ ਬੀਬੀ ਦੀ ਭਤੀਜੀ ਦਾ ਮੁੰਡਾ, ਰਾਮਣ ਦੇ ਲੈ ਗਿਆ ਗਾ ਚਾਹ। ਇੱਧਰ ਮੈਂ ਕੱਪੜੇ ਵੀ ਧੋ ਦਿੱਤੇ ਨੇ, ਅਤੇ ਚਾਹ ਬਣ ਗਈ ਹੈ ਇੱਧਰ। ਸਾਨੂੰ ਕਿਹਾ ਤਾਂ ਹੈਗਾ ਜੀ ਦਰਵਾਜ਼ੇ 'ਚ ਆ ਕੇ ਪੀ ਲਓ ਚਾਹ, ਇੱਥੇ ਰੇਤਾ ਹੀ ਹੈ। ਆਹ ਦੇਖੀ, ਆਹ ਬਰਫੀ ਵਾਲੀ ਪਲੇਟ ਥੱਲੇ ਕਾਹਤੋਂ ਧਰੀ ਹੈਗੀ, ਗੋਹੇ ਵਾਲੇ ਟੋਕਰੇ ਤੇ ਮੇਜ਼ ਵਧੀਆ ਲੱਗਿਆ ਹੋਇਆ, ਕਿਸਾਨਾਂ ਦਾ ਮੇਜ਼ ਆ ਇਹ, ਖੇਤੀਬਾੜੀ ਵਾਲਿਆਂ ਦਾ। ਮੈਂ ਪਰਸੋਂ ਵੱਧ ਬਣਾ ਲਈ ਸੀ, ਮਹਾਰੇ ਪਾਉਣਗੇ ਖਾ ਲੈਣਗੇ, ਮਿੱਠਾ ਮੂੰਹ ਕਰ ਲੈਣਗੇ।
ना मैं मिठा ज्यादा नहीं पाया, मिठा ज्यादा नहीं है देख लो जी। इधर देखो जी, साडे चाचा जी ने जेडे ਉਹਨਾਂ ਨੂੰ ਦਿੱਤੀ ਨਹੀਂ, ਸਰਦਾਰ ਜੀ ਚੜ ਆਉਂਦੇ ਨੇ ਉਹਨਾਂ ਨੂੰ, ਕਹਿੰਦੇ ਅਸੀਂ ਸੋ ਖਾਵਾਂਗੇ, ਕੱਲੇ ਸੋਨੂੰ ਨਹੀਂ ਦਿੰਦੇ, ਕੱਲੇ ਕੱਲੇ ਬਰਾਤ ਚੜ ਗਿਆ ਹੁਣ ਯਾਨੀ ਚੱਲ ਜੀ ਬਾਤ ਕਰ ਲਈ ਇਹ ਬਾਤ ਇਹ ਨਹੀਂ ਕੱਲੀ ਕੱਲੀ ਉਹ ਮੇਰੇ ਕੋਲ ਆਊਗੀ ਜ਼ਰੂਰ ਇੱਧਰ ਆ ਜਰਾ ਘੁੰਮਣ ਦੇ ਆ ਜਾ ਭਾਈ ਇੱਧਰ ਆ ਜਾ ਵੀਰੋ ਤੂੰ ਮੜਨਾ ਨਹੀਂ हजे रोटी खा के एक उधरले घरे रही थी, पा के आए ने पहला इधर पवन गे रे भरन गे चाह पी के। लो जी दोपहर का टाइम हो गया, कुछ ना इतने कल तो मैं वो बनाई है सब्जी। लो जी दोपहर का हो गया टाइम, तो कहीं दोपहर सानू मिठा चाहिए कुछ रोटी नाल। हाँ जी नशिया तो बचो, जे अपनी जिहड़े घर दी खुराकां ने वो खाओ, कम तो एक दिन मगरों भी हो जू जी, बच्चों को नशिया ते ना लाओ, खुराकां ते लाओ, कम तो जिहड़ा एक दिन दा दो दिन च हो जू कोई गल नहीं। तो कहना चाहिए भी कोई गल नहीं, तुसीं दम लै लै कम करो। हाँ बहुत होना देख ला, बहुत हो गया, बड़ा बचाया रुपया रहना भी दम, जेड़ा एक दिन च काम करना दो दिन च कर लो भी, दम लैके कर लो, हौली कर लो, बस नशा ना करो, बच्चों नू अपने नशा तो रोकना है। ये जेड़ी नशा की भैड़ी बीमारी है जट चो पटनी अपने। हाँ जी आप बनावांगे दोपहर रोटी नाल मिठा, ते मिठा मैं तो सूजी का प्रसार किया, सूजी भी पई सी करें। ते साडा दोता जी जेड़ा वो कहना मामी जी मैनू सूजी का प्रसार वधिया नहीं लगता हैगा, ते कहना तुसीं दूजा बना लो। मैं तो कहा सी भी होर कुछ खाना वो बना लें, कह नहीं देग बना लो, असीं बनावांगे दोपहर दे खाने च देग। सारे ने कहा कहें चल देग असीं खा लवांगे, जेडे बच्चा कहने इहदी मन्नो गल। तो साडी बीबी दी भतीजी दा मुंडा इत्थे सुन पहला भी वीडियो च कई बार प्रसाद बीबी बनाउंदी उधर, मैं पेड़े कर दिया आ एक गड़बी गर्म पानी की कर ली अपने, इहदे लई लैती एक एक कौली गड़बी गर्म पानी दी, एक कौली खंड दी हैगी आ काजू बदाम लेने को, बीबी भुंदी आटा उधर भी। दरिया तो जी बहुत माड़ी है, चाहे घर दे कोई किसी मेंबर नाल, चाहे अपने सीरी सांझी नाल, चाहे कोई भी अपना घर दा मेंबर दरियात है परिवार च बहुत माड़ी है, दरियात नहीं करनी चाहिए। जिहो जिहा आप खाने गे सारे खवाना चाहिए गा। तो जरा कहने भी बड़ा बंदा इन्हें कि मल ढाने ने, क्योंकि खान तो जी उन्होंने भी करता जी भी आप चंगा खाइए। दरियात अपन बहुत माड़ी है, तो इस दरियात नहीं करनी चाहिए। अपने जोड़ा लंगर है गुरु के लंगर च सारे इन जने खावांगे मसा, अगे बजुर्ग ताही काम बहुत करदे सी कईआं दा, ते हुण काम भी नहीं, इन्ना मशीनरी दा काम रह गया जी। अगे जिहड़ा हैगा कि कहना कहिंदे पाइया घिओ दा प्रसाद जिहड़ा खांदे लोक, पाइया घिओ हो गया, पाइया आटा हो गया, विच पाइया खंड हो गई अद्धा, बहुत प्रसाद हो जांदा। लो जी आपां आटा भुंनदे आं, इहनूं हिलाउंदे रहिणा है,
आपां पूरा लाल करना इनू आटे नू। रोटी बना लवांगे तवा मैं धर लिया एरे विच हुण जी खंड पा दित्ती आ आटा भुज गया सी अपना जो खंड खुलगी वधिया फिर पानी पावांगे खंड थोड़ी जी घटना बीबी ने थोड़ी जी खंड होर पा दी है तो कोई मिठा वध खांदा कोई घट खांदा लो जी खंड खुर गई हुण इहदे विच पाया गया पानी गर्म करिया होया सी पानी अद्धी किलो पानी पै गया अद्धी किलो तो वध ही है उपरी गड़दी इहदे समान नहीं पाया भी तो बस समान पा दूंगी बस दीदी अपनी समान पा दिता रिश्ते हम चंगी तरह पानी होर पौ हो जी है ना कड़ाही इन्नी साफ है जी असि ना जी बहुत रगड़ते कड़ाही जे मैं कि पोल पलारी जी मार के दस दमी भी दबारे मांजन लग जाने भांडे तो असि पहला तो साबण नाल मांजदे भांडे पहला तो साबण नाल भांडे मांजदे फिर असि ना साबण तो बाहर जे आए जे रहे रहे भी ये दाग जे रह गए पीलक जी रहती है फिर असि ना रेते नाल रगड़ देने फिर वधिया चिट्टी चिट्टी कड़ाही हो जाती साडी लो जी प्रसाद बन के तैयार है सगो गुरु का प्रसाद जेड़ा आप शरदा नाल भी कोई भी काम करिए प्रसाद ही होंगे जी शरदा नाल लंगर बनाने जेड़ा बनाइए।